ਤੁਸੀਂ ਦੇਖ ਸਕਦੇ ਹੋ ਇਸ ਕੈਂਪ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਵਾ। ਇਸ ਮੌਕੇ 'ਤੇ ਇਹ ਆਪਣੇ ਜੋ ਕਿ MLA ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਜੀ ਉਹ ਵੀ ਮੌਕੇ 'ਤੇ ਪਹੁੰਚੇ ਨੇ ਅਤੇ ਮੈਂ ਹੁਣ ਇਹਨਾਂ ਨਾਲ ਗੱਲਬਾਤ ਕਰਾਂਗਾ ਇਸ ਬਾਰੇ ਕੈਂਪ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ। ਦੇਖੋ ਡਾਕਟਰ BR ਅੰਬੇਦਕਰ ਜੀ ਦੀ ਜਿਹੜੀ ਸੁਸਾਇਟੀ ਬਣੀ ਹੋਈ ਆ, ਉਹਨਾਂ ਦੀ ਸੰਸਥਾ ਬਣੀ ਆ ਭਲਾਈ ਸੰਸਥਾ, ਅੱਜ ਉਹਨਾਂ ਵੱਲੋਂ ਚੌਥਾ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਹ ਬਹੁਤ ਹੀ ਇਸ ਸੰਸਥਾ ਦਾ ਵਧੀਆ ਅਤੇ ਚੰਗਾ ਉਪਰਾਲਾ, ਲੋੜ ਹੈ ਇਸ ਗੱਲ ਦੀ। ਬਹੁਤ ਐਸੇ ਲੋਕ ਨੇ ਵਿਚਾਰੇ ਜਿਹੜੇ ਅਵੇਅਰ ਨਹੀਂ ਗੇ, ਅਵੇਅਰ ਨਾ ਹੋਣ ਕਰਕੇ ਆਪਣੀ ਸਰੀਰ ਦੀ ਅੱਖਾਂ ਦੀ ਜਾਂ ਹੋਰ ਸਰੀਰ ਦੇ ਜਿਹੜੇ ਅੰਗ ਆ ਉਹਨਾਂ ਦੇ ਚੈੱਕਅਪ ਨਹੀਂ ਕਰਵਾਉਂਦੇ, ਅਤੇ ਕਈ ਵਾਰੀ ਨਾ ਚੈੱਕਅਪ ਕਰਵਾਉਣ ਦੇ ਨਾਲ ਕਈ ਭਿਅੰਕਰ ਬਿਮਾਰੀਆਂ ਹੋ ਜਾਂਦੀਆਂ, ਸਰੀਰ ਨੂੰ ਪਤਾ ਨਹੀਂ ਲੱਗਦਾ ਟਾਈਮ ਸਿਰ। ਅਤੇ ਜਦੋਂ ਆਪਾਂ ਚੈੱਕਅਪ ਕਰਵਾਉਂਦੇ ਰਹਾਂਗੇ ਕਿਤੇ ਕਿਤੇ ਕੋਈ ਨਾ ਕੋਈ ਜਿਹੜੀ ਪਹਿਲੀ ਸਟੇਜ 'ਤੇ ਇਹ ਬਿਮਾਰੀ ਦਾ ਪਤਾ ਲੱਗ ਸਕਦਾ। ਸੋ ਇਹ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਵੀ ਅਵੇਅਰ ਕਰਦੇ ਨੇ ਲੋਕਾਂ ਨੂੰ, ਚੈੱਕਅਪ ਕਰਾ ਕੇ ਉਹਨਾਂ ਨੂੰ ਲੋੜ ਅਨੁਸਾਰ ਦਵਾਈ ਵੀ ਦਿੰਦੇ ਨੇ। ਇਹ ਸਮਾਜ ਦੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਜਿਹੜੀ ਇਹ ਸੰਸਥਾ ਕਰ ਰਹੀ ਹੈ, ਮੈਂ ਇਹਨਾਂ ਨੂੰ ਵਧਾਈ ਦਿੰਦਾ। ਔਰ ਦੂਜੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਵੱਲ ਵੇਖ ਕੇ, ਇਹਨਾਂ ਤੋਂ ਸਿੱਖ ਕੇ ਇਸ ਤਰ੍ਹਾਂ ਦੇ ਚੰਗੇ ਕੰਮ ਕਰੋ ਜਿਹੜੇ ਸਮਾਜ ਦੇ ਕੰਮ ਆਉਣ, ਸਮਾਜ ਦੀ ਲੋੜ ਪੂਰੀ ਕਰਨ, ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ। ਨਹੀਂ ਤਾਂ ਧਾਰਮਿਕ ਕਰਮ ਜੇ ਕਰਕੇ ਆਪਾਂ ਆਪਣਾ ਟਾਈਮ ਪਾਸ ਕਰਾਈ ਜਾਂਦੇ ਹਾਂ ਜਿਹਦਾ ਕੋਈ ਲਾਭ ਨਹੀਂ, ਜਿਹਦੀ ਕੋਈ ਆਊਟਪੁੱਟ ਨਹੀਂ, ਜਿਹਦਾ ਕੋਈ ਫਾਇਦਾ ਨਹੀਂ। ਆਹ ਦੇਖੋ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਨੇ ਇੱਥੋਂ ਸ਼ਾਮ ਤੱਕ ਲਾਭ ਲੈਣਾ, ਸੈਂਕੜੇ ਲੋਕਾਂ ਨੂੰ ਦਵਾਈ ਮਿਲਣੀ ਆ, ਉਹਨਾਂ ਨੂੰ ਆਰਾਮ ਮਿਲਣਾ। ਸੋ ਬਹੁਤ ਵੱਡਾ ਉਪਰਾਲਾ, ਜਿੰਨਾ ਚੰਗਾ ਕਹਿ ਲਈਏ ਉਹਨਾਂ ਥੋੜ੍ਹਾ। ਸਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕੈਂਪ ਲਾਇਆ ਬਹੁਤ ਉਤਸ਼ਾਹ ਦੇ ਨਾਲ ਆਇਆ। ਤੁਸੀਂ ਬਾਹਰ ਦੇਖ ਸਕਦੇ ਕਿੰਨਾ ਸੀਵਰੇਜ ਬੈਗ ਪਾਣੀ ਮਾਰ ਰਿਹਾ, ਪਾਣੀ ਆਉਣ ਦੀ ਵਜ੍ਹਾ ਨਾਲ ਕਾਫੀ ਲੋਕ ਜਿਹੜੇ ਨਹੀਂ ਆ ਪਾ ਰਹੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਆਪਾਂ ਅੰਦਰ ਬੈਠੇ, ਅੰਦਰ ਇਸ ਵੇਲੇ ਇੱਥੇ ਕਿੰਨੀ ਸਮੈਲ ਆ ਰਹੀ ਹੈ। ਇੱਕ ਪਾਸੇ ਤਾਂ ਅਸੀਂ ਲੋਕਾਂ ਨੂੰ ਦਵਾਈ ਦੇ ਕੇ ਤੰਦਰੁਸਤੀ ਵੰਡਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇੱਕ ਪਾਸੇ ਸਾਡੀਆਂ ਸਰਕਾਰਾਂ ਜਿਹੜੀਆਂ ਸਿਸਟਮ ਨਹੀਂ ਸੁਧਾਰ ਸਕਦੀਆਂ, ਜਿਹੜੀਆਂ ਵੋਟਾਂ ਲੈ ਕੇ ਉਦੋਂ ਬਾਅਦ ਲੋਕਾਂ ਦੀ ਸਾਰ ਨਹੀਂ ਲੈਂਦੀਆਂ, ਉਹ ਗੰਦਗੀ ਪਾ ਕੇ ਬਿਮਾਰੀ ਵੰਡ ਰਹੀਆਂ ਨੇ। ਅਤੇ ਜੇ ਬਿਮਾਰੀ ਇੰਨੀ ਵੱਡੀ ਤਾਦਾਦ 'ਚ ਆਪਾਂ ਵੰਡਾਂਗੇ ਤਾਂ ਸੁਸਾਇਟੀਆਂ ਸੰਸਥਾਵਾਂ ਵਿਚਾਰੀਆਂ ਕੀ ਕਰਨਗੀਆਂ, ਕਿੰਨਾ ਕੁ ਇਲਾਜ ਕਰ ਦੇਣਗੀਆਂ ਲੋਕਾਂ ਦਾ, ਕਿੰਨਾ ਕੁ ਜਾਗਰੂਕ ਕਰ ਲੈਣਗੀਆਂ? ਸੋ ਇਹ ਸਰਕਾਰਾਂ ਨੂੰ ਨਾਮ ਕੰਮ ਜਿਹੀ ਜਿਹੜੀ ਇਹਨਾਂ ਦੀ ਸਰਕਾਰਾਂ ਦੀ ਇਹ ਨਲਾਇਕੀ ਆ। ਸਰਕਾਰਾਂ ਨੇ ਬਹੁਤ ਲੋਕਾਂ ਦਾ, ਮੈਂ ਸਮਝਦਾ ਖੂਨ ਹੀ ਚੂਸਿਆ ਪਿਆ, ਕਿੰਨਾ ਗੰਦਗੀ ਆ। ਸਾਡੇ ਸਮੇਂ ਦੇ ਵਿੱਚ ਅਸੀਂ ਇੱਥੇ ਸੀਵਰੇਜ ਵੀ ਪਾਇਆ ਸੀ, ਸਾਰਾ ਕੁਝ ਠੀਕ ਕੀਤਾ ਸੀ, ਕੋਈ ਪ੍ਰੋਬਲਮ ਨਹੀਂ ਰਹੀ। ਆ 2 ਸਾਲ ਤੋਂ ਸਰਕਾਰ ਬਦਲੀ ਆ, 2 ਸਾਲ ਤੋਂ ਇੱਦਾਂ ਪਾਣੀ ਮੈਂ ਵੇਖ ਰਿਹਾ। ਸਰ ਕਈਆਂ ਨੇ ਸਾਡੇ ਨਾਲ ਗੱਲਬਾਤ ਕੀਤੀ ਚੈਨਲ ਦੇ ਰਾਹੀਂ, ਉਹ ਕਹਿੰਦੇ ਕਿ ਇਹ ਅੱਜ ਰਾਹੀਂ ਘੱਟੋ ਘੱਟ 10-12 ਸਾਲ ਹੋ ਗਏ ਇਹੀ ਸਮੱਸਿਆ ਆ ਰਹੀ ਹੈ। ਦੋ ਨਾ ਮੇਰੇ ਤੋਂ ਪਹਿਲਾਂ ਸੀਗੀ, ਜਦੋਂ ਮੈਂ MLA ਬਣਿਆ ਉਦੋਂ ਪਹਿਲਾਂ ਇੱਥੇ ਬਹੁਤ ਵੱਡੀ ਸਮੱਸਿਆ ਸੀ, ਪਰ ਮੈਂ ਆਪਣੇ ਸਮੇਂ ਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਕਰਕੇ ਆ ਰੋਡ ਬਣਾਈਆਂ, ਵਧੀਆ ਕੀਤਾ, ਸੀਵਰ ਚੈੱਕਅਪ ਕੀਤਾ, ਸਾਫ਼ ਕੀਤਾ। ਲਗਭਗ ਪਿਛਲੇ 2-2.5 ਸਾਲ ਮੇਰੇ ਸਮੇਂ ਦੇ ਵਿੱਚ ਬਿਲਕੁਲ ਵਧੀਆ ਹੋ ਗਿਆ ਸੀ, ਬਿਲਕੁਲ ਕੋਈ ਕਹਿ ਦੇਵੇ ਪਿਛਲੇ ਸਮੇਂ 'ਚ ਨਹੀਂ ਵਧੀਆ ਸੀ। ਜਦੋਂ ਦੀ ਸਰਕਾਰ ਹੁਣ ਬਦਲੀ ਆ, 2 ਸਾਲ ਤੋਂ ਇੱਦਾਂ ਦੀ ਸਮੱਸਿਆ ਚੱਲ ਰਹੀ। ਅਤੇ ਸਰ ਸਾਡਾ ਚੈਨਲ ਅੰਬੇਦਕਰ ਮਿਸ਼ਨ ਵਿੱਚ ਚੈਨਲ ਹੈ ਹਿੰਮਤ ਸੱਚ ਦਿਖਾਉਣ ਦੀ, ਉਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਦੇਖੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ, ਉਹਨਾਂ ਦੀ ਸੰਸਥਾ ਜਾਂ ਉਹਨਾਂ ਦੇ ਨਾਂ 'ਤੇ ਬਣੀ ਹੋਈ ਸੰਸਥਾ ਦਾ ਚੰਗਾ ਹੀ ਕੰਮ ਕਰੂਗਾ, ਸਮਾਜ ਨੂੰ ਜਾਗਰੂਕ ਕਰੂਗੀ ਦ੍ਰਿੜਤਾ ਦੇ ਨਾਲ। ਆਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ, ਜਿੱਥੇ ਤੁਸੀਂ ਗੰਦਗੀ ਆ, ਜਿੱਥੇ ਮਾੜੇ ਕੰਮ ਹੋ ਰਹੇ ਨੇ, ਜਿੱਥੇ ਲੋਕਾਂ ਦੇ ਨਾਲ ਖਿਲਵਾੜ ਹੋ ਰਿਹਾ ਭਾਵਨਾਵਾਂ ਨਾਲ, ਉਹ ਤੁਸੀਂ ਉਹਨਾਂ ਨੂੰ ਉਜਾਗਰ ਕਰ ਰਹੇ ਹੋ, ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹੋ, ਲੋਕਾਂ ਨੂੰ ਅਵੇਅਰ ਕਰ ਰਹੇ ਹੋ। ਇੱਡੀ ਵੱਡੀ ਤੁਹਾਡਾ ਜਿਹੜਾ ਇਹ ਚੈਨਲ ਆ, ਮੈਂ ਸਮਝਦਾ ਵੀ ਇਹ ਵਧਾਈ ਦਾ ਪਾਤਰ ਆ ਜਿਹੜਾ ਇਹ ਸਮਾਜ ਦੀ ਸੇਵਾ 'ਚ ਸੱਚੇ ਢੰਗ ਨਾਲ ਕਰ ਰਿਹਾ। ਨਹੀਂ ਤਾਂ ਬਹੁਤ ਐਸੇ ਚੈਨਲ ਨੇ ਜਿਹੜੇ ਸਰਕਾਰ ਦੇ ਅੱਗੇ ਝੁਕ ਜਾਂਦੇ ਆ, ਸਰਕਾਰ ਵੱਲ ਨੂੰ ਹੋ ਜਾਂਦੇ ਆ, ਸਰਕਾਰ ਦੀ ਅੱਖਾਂ ਮੀਚ ਲੈਂਦੇ ਨੇ। ਅੱਜ ਦੇਸ਼ ਦੇ ਹੀ ਆਪਾਂ ਦੇਸ਼ ਦੇ ਕਿੰਨੇ ਐਸੇ ਚੈਨਲ ਨੇ ਜਿਹੜੇ ਸਰਕਾਰਾਂ ਦੇ ਅਨੁਸਾਰ ਚੱਲਦੇ ਨੇ।
ਸੋ ਤੁਹਾਡੀ ਇਹ ਮੈਂ ਤੁਹਾਡੀ ਸਰਾਹਣਾ ਬਣਦੀ ਹੈ ਵੀ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਹੋ।